ਕੋਪਾ ਗੱਡੀ ਕਿਲ ਬਾਤ ਆ ਜਾਓ ਬਸ ਆ ਜਾਓ ਬਾਬਾ ਕਿੱਥੋਂ ਆਏ ਹੋ ਅਸੀਂ ਬੇਸਹਾਰਾ ਬੰਦੇ ਇਹਦੇ ਪਰਿਵਾਰ ਲਾਚਾਰ ਬੰਦੇ ਵਿਚਾਰੇ ਉਹਨਾਂ ਦੀ ਸੇਵਾ ਕਰਦੇ ਹਾਂ ਜੀ ਅਸੀਂ ਇੱਥੇ ਬੰਬਾ ਜੀ ਅੱਗੇ ਗੋਲ ਲਾ ਦੋ ਮੇਰੇ ਦੱਸਣਾ ਚਾਹੁੰਦੇ ਸਾਰੀਆਂ ਸੰਗਤਾਂ ਨੂੰ ਜੀ ਭੈਣਾਂ ਦੇ ਭਰਾਵਾਂ ਨੂੰ ਜਿਹੜੇ ਸਾਡੇ ਨਾਲ ਜੁੜੇ ਹੋਏ ਪੇਜ ਤੇ ਅੱਜ ਛੋਟੇ ਲਾਲ ਜੀ ਦਾ ਭੋਗ ਸੀਗਾ ਜੀ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਅਸੀਂ ਸ਼ਾਮਿਲ ਹੋ ਕੇ ਉੱਥੋਂ ਆਏ ਗੁਰਦੁਆਰਾ ਸਾਹਿਬ ਤੋਂ ਹੁਣੇ ਅਸੀਂ ਪਹੁੰਚੇ ਹਾਂ ਸੰਸਥਾ ਦੇ ਅਤੇ ਰਸਤੇ ਦੇ ਵਿੱਚ ਸਾਨੂੰ ਇਹ ਬਜ਼ੁਰਗ ਮਿਲੇ ਆ ਜੀ ਅਤੇ ਬੜੀ ਵਿਚਾਰੇ ਮਾੜੀ ਕੰਡੀਸ਼ਨ ਦੇ ਵਿੱਚ ਇਕੱਲੇ ਤੁਰੇ ਆਉਂਦੇ ਸੀਗੇ ਅਤੇ ਇਹਨਾਂ ਦੀ ਸਿਹਤ ਵੀ ਬਿਲਕੁਲ ਠੀਕ ਨਹੀਂ ਲੱਗਦੀ ਬੁਖਾਰ ਹੋਇਆ ਹੋਇਆ ਜਿੱਦਾਂ ਲੱਗਦਾ ਅਤੇ ਗੁਰੂ ਮਹਾਰਾਜ ਇਹਨਾਂ 'ਤੇ ਕਿਰਪਾ ਕਰਨ ਜੀ ਅਸੀਂ ਇਹਨਾਂ ਦੀ ਸੇਵਾ ਕਰਨ ਦੀ ਖਾਤਰ ਇਹਨਾਂ ਨੂੰ ਲੈ ਕੇ ਆਏ ਹਾਂ ਜੀ ਇੱਥੇ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਅੱਜ ਛੋਟੇ ਲਾਲ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਜਾ ਕੇ ਅਸੀਂ ਜਦੋਂ ਵਾਪਸ ਆਏ ਹਾਂ ਤਾਂ ਸਾਨੂੰ ਇੱਕ ਬਜ਼ੁਰਗ ਹੋਰ ਮਿਲਿਆ ਜੀ ਅਤੇ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਛੋਟੇ ਲਾਲ ਦੀ ਆਤਮਾ ਨੂੰ ਸ਼ਾਂਤੀ ਦਿੰਦੇ ਹਾਂ ਜੀ ਅਤੇ ਸੇਵਾ ਕਰਦੇ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ।